ਸਾਸਰੀਆ ਕਾਲਜੀ ਸਾਰਿਆਂ ਨੂੰ ਕੰਬੋਜ ਰੈਕਟਸ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਤੁਹਾਨੂੰ ਕਰਨ ਓਜਲਾ ਦੇ ਬਾਰੇ ਦੋ ਬਹੁਤ ਹੀ ਵੱਡੀਆਂ ਅਪਡੇਟਸ ਦੇਖਣ ਨੂੰ ਮਿਲਣਗੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ BTFU ਜ਼ਰੂਰ ਲਿਖਿਓ ਚਲੋ ਸ਼ੁਰੂ ਕਰਦੇ ਆਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਨ ਓਜਲਾ ਦੀ ਐਲਬਮ BTFU ਨੇ ਸਾਰੇ ਬੰਨੇ ਹੀ ਤਬਾਹੀ ਮਚਾਈ ਹੋਈ ਹੈ ਤੇ ਕਰਨ ਓਜਲਾ ਦੀ ਇਹ ਐਲਬਮ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ ਤੇ ਕਰਨ ਓਜਲਾ ਦੀ BTFU ਐਲਬਮ ਰਿਲੀਜ਼ ਹੋਣ ਤੋਂ ਬਾਅਦ ਕੱਲ ਹੀ ਹੁਣ ਕਰਨ ਓਜਲਾ ਤੇ ਟ੍ਰੂ ਸਕੂਲ ਦਾ ਇੱਕ ਨਵਾਂ ਇੰਟਰਵਿਊ ਹੋਇਆ ਹੈ ਤੇ ਇਸ ਇੰਟਰਵਿਊ ਵਿੱਚ ਕਰਨ ਓਜਲਾ ਦੇ ਵੱਲੋਂ ਆਪਣੀ ਐਲਬਮ ਬਾਰੇ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਗਈਆਂ ਨੇ ਤੇ ਨਾਲ ਹੀ ਕਰਨ ਓਜਲਾ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਮੈਨੂੰ ਟ੍ਰੂ ਸਕੂਲ ਦੇ ਨਾਲ ਕੰਮ ਕਰਕੇ ਬਹੁਤ ਹੀ ਮਜ਼ਾ ਆਇਆ ਤੇ ਆਉਣ ਵਾਲੇ ਟਾਈਮ ਵਿੱਚ ਮੈਂ ਫਿਰ ਤੋਂ True School ਦੇ ਨਾਲ ਕੰਮ ਕਰਨਾ ਚਾਹੁੰਦਾ ਵਾਂ ਤੇ ਕਰਨ ਊਜਲਾ ਨੇ ਇਹ ਵੀ ਕਿਹਾ ਕਿ ਨੈਕਸਟ ਐਲਬਮ ਤੇ ਵੀ ਜਲਦੀ ਹੀ ਕੰਮ ਕਰਾਂਗੇ ਬਾਕੀ ਤੁਸੀਂ ਆਪ ਸਮਝ ਸਕਦੇ ਜੋ ਕਰਨ ਊਜਲਾ ਨੇ ਇਸ ਇੰਟਰਵਿਊ ਵਿੱਚ ਕੀ ਕਿਹਾ I feel like a year, you know you I mean like the time went by so fast and it was fun man just working on it together it was so much fun man like I want to work on the next one now bro you know ਹਾਂਜੀ ਇਸ ਤੋਂ ਸਾਫ਼ ਹੀ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਕਰਨ ਊਜਲਾ ਦੀ ਦੂਜੀ ਐਲਬਮ ਵੀ ਬਹੁਤ ਹੀ ਜਲਦੀ ਵੇਖਣ ਨੂੰ ਮਿਲਣ ਵਾਲੀ ਹੈ ਹੁਣ ਮਦਦ ਦੇ ਆਪਣੀ ਦੂਜੀ ਤੇ ਲਾਸਟ ਅਪਡੇਟ ਵੱਲ ਜਿਵੇਂ ਕਿ ਤੁਹਾਨੂੰ ਸਰ ਨੂੰ ਪਤਾ ਹੀ ਹੋਊਗਾ ਕਿ ਅੱਜ ਕਰਨ ਓਜਲਾ ਦੇ ਵੱਲੋਂ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਗਾਣੇ ਦਾ ਨਾਮ ਹੈ ਹੇਅਰ ਐਂਡ ਥੇਰ ਤੇ ਇਹ ਗਾਣਾ 23 ਤਰੀਕ ਨੂੰ ਸਪੀਡ ਰੈਕર્ડਸ ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਰਿਲੀਜ਼ ਕੀਤਾ ਜਾਣਾ ਹੈ ਪਰ ਹੇਅਰ ਐਂਡ ਥੇਰ ਗਾਣੇ ਦੀ ਆਫੀਸ਼ੀਅਲ ਵੀਡੀਓ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਕਰਨ ਓਜਲਾ ਦੇ ਇਸ ਗਾਣੇ ਦੀਆਂ ਕਲਿੱਪਸ ਬਹੁਤ ਹੀ ਜ਼ਿਆਦਾ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਇਨ੍ਹਾਂ ਕਲਿੱਪਸ ਨੂੰ ਵੇਖਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਉਹਦੇ ਤੇ ਜਰੂਰ ਕਲਿੱਕ ਕਰ ਲਿਓ ਬਾਕੀ ਉਸ ਕਲਿੱਪਸ ਨੂੰ ਤੁਸੀਂ ਵੀ ਸਕਰੀਨ ਉੱਤੇ ਵੇਖ ਸਕਦੇ ਜੋ